ਜਦੋਂ ਦੇਣ ਤੇ ਆਉਂਦਾ ਨਾ ਬਾਬਾ, 58 ਸਾਲ ਦੀ ਬੀਬੀ ਵੀ ਫਿਰ ਮਾਂ ਬਣਦੀ ਹੈ। ਫਿਰ ਉਦੋਂ ਨਹੀਂ ਵੇਖਦਾ ਕਿ ਪ੍ਰੋਸੈਸ ਕੀ ਹੈ, ਇਹਦੀਆਂ ਫਾਰਮੈਲਿਟੀਜ਼ ਕੀ ਨੇ। ਸੋ ਮੈਨੂੰ ਨਹੀਂ ਲੱਗਦਾ ਉਸ ਤੋਂ ਬਾਅਦ ਕੁਛ ਰਹਿ ਜਾਂਦਾ, ਪਰ ਜਿਹਨੂੰ ਉਹ ਦੇਣਾ ਚਾਹੁੰਦਾ, ਜਿਹਨੂੰ ਉਹ ਦੇਣਾ ਚਾਹੁੰਦਾ। ਅੱਜ ਇਸ ਦਿਨ ਉਹ ਛੋਟਾ ਵੀਰ ਆਇਆ ਸਿੱਧੂ ਸਾਹਿਬ ਦੇ ਘਰੇ, ਮੈਂ ਉੱਧਰ ਦਾ ਬੈਠਾ ਆਪਦੇ ਘਰੇ, ਕਿਉਂਕਿ ਮੇਰੇ ਆਪਦੇ ਘਰੇ ਖੇਡਾਂ ਵਾਪਰੀਆਂ। ਸਾਡੀ ਦੋਨੇ ਭਰਾਵਾਂ ਦੀ ਇੱਕ ਭੈਣ ਹੈ, ਸਾਥੋਂ ਵੱਡੀ ਹੈ। 18 ਸਾਲਾਂ ਬਾਅਦ ਮਹਾਰਾਜ ਨੇ ਉਹਨੂੰ ਹੁਣ ਨਾਮ ਨਿਹਾਲ ਸਿੰਘ ਬਖਸ਼ਿਆ, 18 ਸਾਲਾਂ ਬਾਅਦ। ਇਹ ਖੇਡਾਂ ਬਾਬਾ, ਇਹ ਖੇਡਾਂ ਸੱਚੇ ਪਾਤਸ਼ਾਹ ਦੀਆਂ। ਬਸ ਪੰਜਾਬ ਵਾਲਿਓ, ਜੇ ਕੋਈ 2 ਸਾਲ 4 ਸਾਲ ਬੱਚਾ ਨਹੀਂ ਹੁੰਦਾ ਨਾ, ਕਿਸੇ ਕੁੱਖ ਨੂੰ ਭਾਗ ਜੇ ਨਹੀਂ ਲੱਗੇ।